सत श्रीकाल नमस्कार आदाब दोस्तों, मैं हाँ तो अपना गुरविंदर सिंह, तुसी देख रहे हो बाजवा एंड संधू ब्लॉग। बहुत अच्छी खबर कैनेडा तो सामने आई है, खास करके जो इंटरनेशनल स्टूडेंट के उत्ते कैप लगाउण दी गल कीती जा रही सी, या फिर जेडे लगातार इमीग्रेशन दे विच वाधा हो रहा सी कैनेडा दे, या कह सकदे कि इमीग्रेंट वध रहे सी कैनेडा वल नूं, उहनां दे उत्ते किते ना किते लगाम लगाउण दी या कैप लगाउण दी ਗੱਲਾਂ ਕੀਤੀਆਂ ਜਾ ਰਹੀਆਂ ਸੀ, ਬਹੁਤ ਸਾਰੀਆਂ ਵੀਡੀਓ ਬਣੀਆਂ ਤੇ ਹੁਣ ਇੱਕ ਬਹੁਤ ਅੱਛੀ ਨਿਊਜ਼ ਜਿਹੜੀ ਹੈ ਉਹ ਨਿਕਲ ਕੇ ਸਾਹਮਣੇ ਆਈ ਹੈ। ਅੱਜ ਤੁਹਾਨੂੰ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਦਾ ਉਹ ਬਿਆਨ ਸੁਣਾਵਾਂਗਾ ਜਿਸ ਦੇ ਵਿੱਚ ਉਹ ਸਾਫ਼ ਤੌਰ ਦੇ ਉੱਤੇ ਕਲੀਅਰ ਕਰ ਚੁੱਕੇ ਨੇ ਕਿ ਐਕਚੁਅਲ ਦੇ ਵਿੱਚ ਅਜਿਹਾ ਕੁਝ ਨਹੀਂ ਹੈਗਾ। ਉਸ ਤੋਂ ਇਲਾਵਾ ਇੱਕ ਹੋਰ ਵੱਡੀ ਅਪਡੇਟ ਤੁਹਾਡੇ ਨਾਲ ਕੈਨੇਡਾ ਦੀ ਸਾਂਝੀ ਕਰਾਂਗਾ, ਖਾਸ ਕਰਕੇ ਵੀਜ਼ਾ ਟ੍ਰੈਂਡ ਨੂੰ ਲੈ ਕੇ। ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਵੱਧ ਤੋਂ ਵੱਧ ਸ਼ੇਅਰ ਕਰੋ, ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ, ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ। ਸੋ ਇਸ ਕਰਕੇ ਬਿਲਕੁਲ ਵੀ ਕਾਲ ਨਾ ਕਰਿਆ ਕਰੋ। ਕੇਪਸ ਨੋਟ SOP 'ਚ ਹੈਲਪ ਚਾਹੁੰਦੇ ਹੋ ਤਾਂ ਤੁਹਾਡਾ ਵੈਲਕਮ ਹੈ, ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਤਾਂ ਵਟਸਐਪ ਦਾ ਨੰਬਰ ਦਿੱਤਾ, ਚੈਟ ਕਰੋ, ਅਪੁਆਇੰਟਮੈਂਟ ਬਣਾ ਲਓ, ਜੋ ਟਾਈਮ ਪੀਰੀਅਡ ਹੋਏਗਾ ਕਾਲ ਬੈਕ ਕਰਾਂਗਾ, ਕੋਸ਼ਿਸ਼ ਕਰਾਂਗਾ ਤੁਹਾਡਾ ਹਰ ਡਾਊਟ ਕਲੀਅਰ ਕਰਾਂ। ਵੀਡੀਓ ਸ਼ੁਰੂ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਬੀਤੇ ਦਿਨੀ ਮੈਂ ਵੀ ਇੱਕ ਵੀਡੀਓ ਰਿਕਾਰਡ ਕੀਤੀ ਸੀ, ਕਿਤੇ ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਨੇ ਉਹ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਕਿ ਕੈਨੇਡਾ ਦੇ ਵੱਲੋਂ ਜਿਹੜਾ ਉਹ ਇੰਟਰਨੈਸ਼ਨਲ ਸਟੂਡੈਂਟ ਦੇ ਉੱਤੇ ਕੈਪ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸੇਨ ਫਰੇਜ਼ਰ ਜਿਹੜੇ ਕਿ ਪਹਿਲਾਂ ਕੈਨੇਡਾ ਦੇ ਇਮੀਗ੍ਰੇਸ਼ਨ ਮਿਨਿਸਟਰ ਸੀਗੇ, ਹੁਣ ਉਹ ਹਾਊਸਿੰਗ ਮਿਨਿਸਟਰ ਨੇ, ਉਹਨਾਂ ਦੇ ਵੱਲੋਂ ਇੱਕ ਅਜਿਹਾ ਬਿਆਨ ਦਿੱਤਾ ਗਿਆ ਜਿਸ ਤੋਂ ਬਾਅਦ ਇਹ ਚਰਚਾ ਛਿੜੀ ਸੀਗੀ। ਪਰ ਹੁਣ ਮਾਰਕ ਮਿਲਰ ਨੇ ਉਸ ਬਿਆਨ ਦਾ ਖੰਡਨ ਕਰ ਦਿੱਤਾ ਹੈ। ਇੱਕ ਨਿੱਜੀ ਪੰਜਾਬੀ ਚੈਨਲ ਦੇ ਨਾਲ ਗੱਲਬਾਤ ਕੀਤੀ ਹੈ ਮਾਰਕ ਮਿਲਰ, ਜਿਹੜੇ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਮਿਨਿਸਟਰ ਨੇ ਮੌਜੂਦਾ ਤੌਰ 'ਤੇ, ਜਿਹੜੇ ਇੱਕ ਮਹੀਨਾ ਪਹਿਲਾਂ ਹਾਲੇ ਮਿਨਿਸਟਰ ਬਣੇ ਨੇ। ਉਹਨਾਂ ਵੱਲੋਂ ਸਾਫ਼ ਤੌਰ 'ਤੇ ਉੱਤੇ ਕਲੀਅਰ ਕਰ ਦਿੱਤਾ ਗਿਆ, ਸਵਾਲ ਉਹਨਾਂ ਤੋਂ ਇਹ ਪੁੱਛਿਆ ਗਿਆ ਸੀਗਾ ਕਿ ਜਿਹੜਾ 500,000 ਦਾ ਐਟਲੀਸਟ ਟਾਰਗੇਟ ਰੱਖਿਆ ਗਿਆ ਕੈਨੇਡਾ ਦੇ ਵੱਲੋਂ, 500,000 ਦਾ ਜਿਹੜਾ ਟਾਰਗੇਟ ਹੈ ਕਿ ਉਹਨੂੰ ਲਗਾਤਾਰ ਕੰਟੀਨਿਊ ਰੱਖਿਆ ਜਾਵੇਗਾ ਹਰ ਸਾਲ, ਤਾਂ ਉਸਦੇ ਜਵਾਬ ਦੇ ਵਿੱਚ ਉਹਨਾਂ ਨੇ ਕਿਹਾ ਕਿ ਬਿਲਕੁਲ ਰੱਖਿਆ ਜਾਵੇਗਾ, ਕਿਉਂਕਿ ਕੈਨੇਡਾ ਦੇ ਵਿੱਚ ਜੇਕਰ ਬੈਲੈਂਸ ਬਣਾ ਕੇ ਚੱਲਣਾ ਹੈ ਤਾਂ ਖਾਸ ਕਰਕੇ ਕੈਨੇਡਾ ਦੇ ਵਿੱਚ ਹੈਲਥ ਸੈਕਟਰ ਦੇ ਉੱਤੇ ਉਹਨਾਂ ਨੇ ਜ਼ੋਰ ਦਿੱਤਾ। ਉਹਨਾਂ ਨੇ ਕਿਹਾ ਕਿ ਕਈ ਚੀਜ਼ਾਂ ਦੇ ਵਿੱਚ ਕੈਨੇਡਾ ਜਿਹੜਾ ਹੈ ਉਹ ਹਾਲੇ ਲੈਕ ਕਰਦਾ, ਖਾਸ ਕਰਕੇ ਹੈਲਥ ਸੈਕਟਰ ਦੀ ਜੇਕਰ ਗੱਲ ਕੀਤੀ ਜਾਵੇ ਇੰਪਲੋਇਮੈਂਟ ਦੇ ਮਾਮਲੇ ਦੇ ਵਿੱਚ। ਇਸ ਕਰਕੇ ਉਹਨਾਂ ਨੇ ਕਿਹਾ ਕਿ ਇਸਦੇ ਬੈਲੈਂਸ ਬਣਾਉਣ ਵਾਸਤੇ ਐਬਸੋਲੂਟਲੀ ਇਹਨੂੰ ਚਾਲੂ ਰੱਖਣਾ ਪਵੇਗਾ ਜਾਂ ਜਾਰੀ ਰੱਖਣਾ ਪਵੇਗਾ। ਕੀ ਕੁਝ ਕਿਹਾ ਸੀਗਾ ਮਾਰਕ ਮਿਲਰ ਨੇ, ਆਹ ਦੇਖੋ ਉਹਨਾਂ ਦਾ ਇੱਕ ਬਿਆਨ। I think with what we are seeing in it from a generational perspective, absolutely. I mean, we need those numbers to continue as a country and to be the face of the country that Canadians and the people that put me in this place and vote for me want us to be. The ambitious dental plans that we have as a government can't be filled without dentists, half of whom are immigrants. We cannot have a proper Medicare system, a medical system, without those nurses and doctors that in a large part are increasingly coming from outside Canada. So there's a need there. We have to recognize it and celebrate it because we're talking about people that are actually building the future of this country. Mark Miller ਦੇ ਇਸ ਬਿਆਨ ਤੋਂ ਇਹ ਚੀਜ਼ ਸਪਸ਼ਟ ਹੋ ਜਾਂਦੀ ਹੈ ਕਿ ਕੈਨੇਡਾ ਵੈਸੇ ਵੀ ਇਹ ਕਨਸੂਹਾ ਜਾਂ ਕਹਿ ਸਕਦੇ ਹੋ ਕਿ ਇਹ ਡਿਸਕਸ਼ਨ ਬਹੁਤ ਵੱਡੇ ਲੈਵਲ ਦੇ ਉੱਤੇ ਚੱਲਣੀ ਸ਼ੁਰੂ ਹੋ ਗਈ ਸੀਗੀ ਕਿ ਕੀ ਬਿਨਾਂ ਇਮੀਗ੍ਰੈਂਟ ਦੇ ਕੈਨੇਡਾ ਸਰਵਾਈਵ ਕਰ ਪਾਵੇਗਾ, ਕਿਉਂਕਿ ਕੈਨੇਡਾ ਦੀ ਜੇਕਰ ਗੱਲ ਕਰੀ ਜਾਵੇ ਪਾਪੂਲੇਸ਼ਨ ਦੀ, ਉਸ ਦੇ ਵਿੱਚ ਪੰਜਾਂ 'ਚੋਂ ਹਮੇਸ਼ਾ ਹਰ ਕਹਿ ਸਕਦੇ ਪੰਜਾਂ 'ਚੋਂ ਇੱਕ ਬੰਦਾ ਜਿਹੜਾ ਉਹ ਰਿਟਾਇਰ ਹੋਣ ਦੀ ਕਗਾਰ 'ਤੇ ਹੈ। ਸੋ ਇਸ ਕੰਡੀਸ਼ਨ ਦੇ ਵਿੱਚ ਜੇਕਰ ਉਹਨਾਂ ਦੀ ਅਰਥ ਵਿਵਸਥਾ ਨੂੰ ਜਿਉਂਦਿਆਂ ਰੱਖਣਾ ਹੈ, ਪਟਰੀ 'ਤੇ ਰੱਖਣਾ ਹੈ, ਤਾਂ ਉਹਦੇ ਵਾਸਤੇ ਇਮੀਗ੍ਰੇਸ਼ਨ ਬਹੁਤ ਜ਼ਰੂਰੀ ਹੈ। ਹੁਣ ਇਹ ਤਾਂ ਗੱਲ ਸੀਗੀ ਉਸ ਕਲੈਰਿਟੀ ਦੀ ਜੋ ਬੀਤੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਸੀ। ਹੁਣ ਦੂਜੀ ਗੱਲ ਕਰਦੇ ਹਾਂ ਕਿ ਕੈਨੇਡਾ ਦਾ ਟ੍ਰੈਂਡ, ਇੱਕ SDS ਤੋਂ ਲੈ ਕੇ ਰਿਜ਼ਲਟ ਆਇਆ, ਜੋ ਨਵਾਂ ਟ੍ਰੈਂਡ ਸ਼ੁਰੂ ਹੋਇਆ ਉਹਦੇ ਵਿੱਚ ਇੱਕ ਰਿਜ਼ਲਟ ਆਇਆ ਅਤੇ ਉਹ ਰਿਜ਼ਲਟ ਪੋਜ਼ਿਟਿਵ ਆਇਆ, ਅਤੇ ਹੁਣ ਤੱਕ ਜਿਹੜੇ ਮੇਰੇ ਫੋਲੋਵਰ ਨੇ ਉਹਨਾਂ ਵਿੱਚੋਂ 3 ਦਾ ਰਿਜ਼ਲਟ ਆ ਚੁੱਕਾ ਹੈ, ਅਤੇ ਹਾਲਾਂਕਿ ਇੱਕ ਦਾ ਹੀ ਪੋਜ਼ਿਟਿਵ ਆਇਆ ਉਹਨਾਂ 3 'ਚੋਂ, ਹਾਲਾਂਕਿ ਐਡੀ ਜਲਦੀ ਉਹਨੂੰ ਕੈਟੇਗਰਾਈਜ਼ ਕਰ ਪਾਉਣਾ ਤਾਂ ਬਹੁਤ ਔਖਾ ਹੈ, ਪਰ ਜਿਹਦਾ ਰਿਜ਼ਲਟ ਆਇਆ ਹੈ ਉਹ ਪ੍ਰੋਫਾਈਲ ਬੇਹੱਦ ਸਿੰਪਲ ਸੀਗੀ, 1.5 ਸਕੋਰ ਸੀਗਾ ਓਵਰਆਲ, 6 ਦੇ ਨਾਲ ਬੱਚੇ ਨੇ ਫਾਈਲਿੰਗ ਕੀਤੀ ਸੀ, ਅਤੇ ਵੱਡੀ ਗੱਲ ਇਹ ਹੈ ਕਿ ਫੰਡ ਵੀ ਉਸ ਫਾਈਲ ਦੇ ਵਿੱਚ ਨਹੀਂ ਦਿਖਾਏ ਗਏ ਸੀਗੇ। ਹਾਲਾਂਕਿ ਉਹਨਾਂ ਦੀ ਜਿਹੜੀ ਇਨਕਮ ਹੈ ਸਾਲ ਦੀ, 2 ਸਾਲ ਦਾ ਕੋਰਸ ਸੀਗਾ ਅਤੇ ਜਿਹੜੀ 1 ਸਾਲ ਦੀ ਫੀਸ ਤੇ GIC ਪੇ ਕਰ ਦਿੱਤੀ ਗਈ ਸੀਗੀ, ਦੂਜੇ ਸਾਲ ਦੀ ਫੀਸ ਦਾ ਪ੍ਰੋਪਰ ਐਸਟੀਮੇਟ ਜਿਹੜਾ ਉਹ SOP ਦੇ ਵਿੱਚ ਦਿੱਤਾ ਗਿਆ ਸੀਗਾ। ਅਤੇ ਖਾਸ ਕਰਕੇ ਗੱਲ ਕੀ ਸੀਗੀ ਇਹਦੇ ਵਿੱਚ, ਜਿਹੜਾ ਮੇਨ ਚੀਜ਼ ਨੋਟ ਕਰਨ ਵਾਲੀ ਆ ਕਿ ਜਿਹੜੀ ਉਹਨਾਂ ਦੀ ਐਨੂਅਲ ਇਨਕਮ ਹੈ ਉਹ 14 ਲੱਖ ਦੇ ਕਰੀਬ ਸੀਗੀ, ਅਤੇ ਉਹਨਾਂ ਦੀ ਫੀਸ ਜਿਹੜੀ ਹੈ ਉਹ ਤਕਰੀਬਨ
9.5 लाख के करीब सी फीस इंडियन करंसी में जोड़ा जाए। सो उतों उन्होंने नैक्सट ईयर की स्टडी मैनेज करने की गल की गई सी कि एक साल के बच्चे ने स्टडी वास्ते फीस पे कर दी, एक साल का कह सकते हैं कि उतों वास्ते एक्सपेंसिस जी आई सी जी पे कर दी है। सैकेंड ईयर की फीस जी जी एनुअल इनकम है उतों पे हो जाएगी, तो 2 साल एनुअल इनकम इकट्ठी होगी उस पिछे फैमिली का भी सर जाएगा तो बच्चे की उत्थे पढ़ाई भी पूरी हो जाएगी, अगले ईयर के एक्सपेंसिस जोड़े ने वो भी आराम बेयर कर सकेंगे, कोई दिक्कत नहीं हैगी। सो उस बच्चे का वीज़ा आया सो बहुत खुशी की गल, हालांकि चंगी गल है कि उस बच्चे के एकेडमिक बहुत स्ट्रोंोंग से कोई गैप नहीं है, प्लस टू तो बाद सीधी फाइल की गई सी, तो किसी भी तरह का होर उस फाइल के कोई इशू नहीं है। कोर्स कॉलेज बच्चे का बिल्कुल सिंपल सीगा ते रिलीवेंट सीगा ते खास करके उदे विच प्रोग्रेशन वगैरह भी प्रॉपर ढंग दे नाल दिखाया गया सी। सो उम्मीद करदा कि अज दे व्लॉग तो तुहानू बहुत कुछ सीखने को मिलिया होगा, दो खुशखबरियां तुहाडे नाल इस वीडियो दे विच सांझियां कीतियां, उम्मीद करदा कि इहदे नाल तुसीं बूस्ट अप थोड़ा जिहा जरूर होए होवोगे, थोड़ा तुहाडा हौसला जिहड़ा पिछले कुछ दिनों तो जिहड़ा डगमगा रहा सी उह जरूर पटरी ते आया होगा। सो चैनल सबसक्राइब कर लो, वो शेयर करो, असी वीज़ा फाइलिंग करते इंडिपेंडेंट प्लेटफॉर्म, कोशिश होंगी है तुहाडे तक सही अथेंटिक पूरी जानकारी पहुँचाइए, प्रमोशनल कंटेंट ना बनाइए। केस तो नोट SOP छल चाहते हो वेलकम है, असी वीज़ा फाइलिंग करते इस करके कॉल ना करो। धन्यवाद।